ਆਹ ਦੇਖੋ ਜੀ, ਇਹ ਧਰਤੀ ਵਾਲੇ ਪਾਣੀ ਨਾਲ ਨਾ ਟੂਟੀ ਦੀ ਹਾਲਤ ਬਿਲਕੁਲ ਖਰਾਬ ਹੋ ਚੁੱਕੀ ਆ। ਇਹ ਸੋਹਰਾ ਦੇਖੋ ਇਹਦੇ ਜੀ ਕਿਹੜੇ ਲੋੜ ਭਰ ਗਿਆ। ਹੁਣ ਤੁਹਾਨੂੰ ਦੱਸਾਂਗੇ ਕਿਵੇਂ ਘਰੇ ਆਪਾਂ ਇਹਨੂੰ ਜਿਹੜਾ ਹੈਗਾ ਸਾਫ਼ ਕਰ ਸਕਦੇ ਹਾਂ ਸਸਤੇ ਤਰੀਕੇ ਨਾਲ। ਸਟੈਪ ਇੱਕ ਢੱਕਣਾ ਖਾਰਾ ਤੇਜ਼ਾਬ ਆ ਜਿਹੜਾ, ਇਹਨੂੰ ਲੈਣਾ ਆਪਾਂ। ਉਸ ਤੋਂ ਬਾਅਦ ਜਿਹੜੀ ਆ ਟੂਟੀ ਆ ਗਈ ਜਲਬੀ ਜੀ ਜੰਮੇ ਟੂਟੀ 'ਚ, ਇਹਨੂੰ ਇਹਦੇ ਵਿੱਚ ਰੱਖ ਦੇਣਾ। ਆਹ ਦੇਖੋ ਇਹਨੂੰ ਕਿਹੜੇ ਲੋੜੇ ਝੱਗ ਬਣਦੀ ਹੈ। ਇਹ ਜਮਾਂ ਉਬਲੀ ਜਾਂਦੀ ਹੈ, ਮੈਲ ਜੀ ਹੈ ਜਿਹੜੀ, ਇਹਦੀ ਮੂਹਰੇ ਸੋਰਾ ਜੰਮਿਆ ਹੋਇਆ ਨਾ। ਦੇਖੋ ਇਹ ਕਿਹੜੇ ਲੋੜ ਬੁਲਬੁਲੇ ਬਣ ਰਹੇ ਆ। ਬਸ ਇਹ ਇੱਕ ਅੱਧਾ ਮਿੰਟ ਇਹਨੂੰ ਰੱਖ ਲਓ ਇਹਦੇ 'ਚ। ਦੇਖੋ ਅਜੇ ਵੀ ਇਹ 'ਚ ਆਵਾਜ਼ ਵੀ ਆ ਰਹੀ ਹੈ, ਪਰ ਹੋ ਸਕਦਾ ਨਾ ਸੁਣਦੀ ਹੋਵੇ ਆਵਾਜ਼। ਦੇਖੋ ਇਹ ਹੁਣ ਇਹਦਾ ਰੰਗ ਕਹਿ ਜਾਵੇਗਾ ਤੇਜ਼ਾਬ ਜੇ ਦਾ। ਅਤੇ ਆਹ ਦੇਖੋ ਤੁਸੀਂ ਪਹਿਲਾਂ ਵੀ ਦੇਖੀ ਸੀਗੀ, ਪਹਿਲਾਂ ਕਿਹੋ ਜਿਹੀ ਸੀਗੀ ਇਹ ਦੇਖੋ। ਜਮਾਂ ਸਾਫ਼ ਹੋ ਗਈ ਇਹ। ਨਾ ਹੁਣ ਇਹਦਾ ਨਿੱਪਲ ਜਿਹਾ ਦੇਖੋ, ਇਹ ਕਿਹੜੇ ਲੋੜੇ ਦਾ ਸੋਰਾ ਜੰਮਿਆ ਪਿਆ, ਜਮਾਂ ਐਂ ਕਰ ਰੱਖਿਆ ਸੋਰੇ ਨੇ, ਜਮਾਂ ਬੰਦ। ਆਹ ਦੇਖੋ ਜਮਾਂ ਫੁੱਟਣ ਵਾਲਾ ਹੋਇਆ ਪਿਆ ਇਹ। ਹੁਣ ਉਸੇ ਤੇਜ਼ਾਬ 'ਚ ਹੀ ਆਪਾਂ ਇਹਨੂੰ ਰੱਖਾਂ। ਆਹ ਦੇਖੋ ਬਈ ਕਿਹੜੇ ਲੋੜ ਉੱਬਲਦਾ ਵੀ, ਪਰ ਇਹਨੂੰ ਐਂ ਬੱਚਿਆਂ ਤੋਂ ਦੂਰ ਰੱਖਿਓ ਇਹਨੂੰ। ਅਤੇ ਹੱਥਾਂ 'ਤੇ ਵੀ ਆ ਬਾਈ ਨੇ ਗਲਤੀ ਕਰਤੀ, ਇਹਨੇ ਗਲਵਜ਼ ਨਹੀਂ ਚੜਾਏ ਹੈਗੇ। ਤਾਂ ਯਾਰ ਜਮਾਂ ਕਮਾਲ ਦੀ ਚੀਜ਼ ਆ ਨਾ। ਕਿਵੇਂ ਉਬਲੀ ਆ, ਝੱਗ ਦੇ ਕਿਹੜੀ ਲੋੜ ਬਣ ਗਈ। ਇੱਕ ਚੀਜ਼ ਹੋਰ ਬਈ, ਜਿੰਨਾ ਚਿਰ ਨਾ ਤੇਜ਼ਾਬ ਜੋ ਉਬਲੀ ਜਾਂਦਾ ਉਨਾ ਚਿਰ ਇਹਨੂੰ ਇਹਦੇ ਵਿੱਚ ਰੱਖਿਓ। ਜਦੋਂ ਉਬਲ ਨੂੰ ਹਟ ਗਿਆ ਉਸ ਤੋਂ ਬਾਅਦ ਇਹਨੂੰ ਬਾਹਰ ਕੱਢ ਲਿਆ। ਦੇਖੋ ਤੁਸੀਂ ਹੁਣੀ ਪਤਾ ਲੱਗੀ ਜਾਂਦਾ ਵੀ ਜਮਾਂ ਜਿਹੜਾ ਨਿੱਪਲ ਜਿਹਾ ਸਾਫ਼ ਹੋ ਗਿਆ। ਦੇਖੋ ਬਿਲਕੁਲ ਨਵੇਂ ਵਰਗਾ ਨਿਕਲਿਆ ਆ, ਬਣ ਗਿਆ ਨਾ ਜਮਾਂ ਨਵਾਂ ਇਹ। ਆਹ ਟੂਟੀ 'ਚ ਨਾ ਪਾਣੀ ਜਮਾਂ ਮਾੜਾ ਮਾੜਾ ਹੋਣ ਲੱਗ ਗਿਆ ਸੀਗਾ। ਆਹ ਹੁਣ ਦੇਖੋ ਪ੍ਰੈਸ਼ਰ ਦੇਖੋ ਬਣ ਗਿਆ।